ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਤੋਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਹਿਸਟਰੀ ਹਿਸਟਰੀ ਸਮੈਸਟਰ 3 ਦੇ ਜਿਹੜੇ ਕਿ ਇਸ ਦੇ ਸ਼ਾਰਟ ਕੁਐਸਚਨ ਆਨਸਰ ਭਾਰਤੀ ਸੰਵਿਧਾਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਇਹਦੇ ਸ਼ਾਰਟ ਕੁਐਸਚਨ ਆਨਸ ਕਰਾਂਗੇ ਕਿਉਂਕਿ ਸਟੂਡੈਂਟਸ ਆਪਾਂ ਨੇ ਹਰ ਇੱਕ ਚੈਪਟਰ ਦੇ ਜਿਹੜੇ ਕਿ ਸ਼ਾਰਟ ਕੁਐਸਚਨ ਆਨਸਰ ਕੀਤੇ ਨੇ ਸੋ ਆਪਾਂ ਜਿਹੜੇ ਵੀ ਚੈਪਟਰ ਰਹਿੰਦੇ ਨੇ ਪੈਂਡਿੰਗ ਉਹਨਾਂ ਦੇ ਵੀ ਕਰਾਂਗੇ ਤੇ ਲੌਂਗ ਕੁਐਸਚਨ ਜਿਹੜੇ ਇੰਪੋਰਟੈਂਟ ਨੇ ਉਹਨਾਂ ਦੇ ਆਪਾਂ ਨੇ ਵੀਡੀਓ ਬਣਾ ਚੁੱਕੇ ਆਂ ਤੁਸੀਂ ਉਹ ਕਰ ਸਕਦੇ ਹੋ ਤੇ ਮੈਂ ਉਹਦੇ ਵਿੱਚ ਇਹ ਵੀ ਦੱਸਿਆ ਕਿ ਕਿਹੜੇ ਪਾਰਟ ਦੇ ਵਿੱਚੋਂ ਕਿਹੜੇ-ਕਿਹੜੇ ਮੋਸਟ ਇੰਪੋਰਟੈਂਟ ਚੈਪਟਰਸ ਨੇ ਜਿਹੜੇ ਤੁਸੀਂ ਐਨ ਵਧੀਆ ਜਿਹੜੇ ਕਿ ਉਹਨਾਂ ਨੂੰ ਯਾਦ ਕਰੋਗੇ ਤਾਂ ਤੁਹਾਡੇ ਐਨ ਵਧੀਆ ਮਾਰਕਸ ਆਉਣਗੇ ਤੇ ਇਸ ਤੋਂ ਇਲਾਵਾ ਜਿਹੜੇ ਕਿ ਆਪਾਂ ਦੋ ਮੈਪ ਆ ਉਹ ਵੀ ਆਲਰੇਡੀ ਅਪਲੋਡ ਕਰ ਚੁੱਕੇ ਹਾਂ 1805 ਵਾਲਾ ਤੇ 1857 ਦੇ ਵਿਦਰੋਹ ਵਾਲਾ ਤੇ ਜਿਹੜੇ ਬਾਕੀ ਤੋਂ ਰਹਿੰਦੇ ਨੇ ਉਹ ਵੀ ਆਪਾਂ ਕਰਾਂਗੇ ਸੋ ਇਸ ਦੇ ਵਿੱਚ ਆਪਾਂ ਸ਼ਾਰਟ ਕੁਐਸਚਨ ਕਰ ਰਹੇ ਹਾਂ ਹਾਂਜੀ ਫਰਸਟ ਹੈ ਭਾਰਤ ਦੇ ਨਵੇਂ ਸੰਵਿਧਾਨ ਦੇ ਨਿਰਮਾਣ ਵਿੱਚ ਡਾਕਟਰ ਬੀ ਆਰ ਅੰਬੇਦਕਰ ਦਾ ਯੋਗਦਾਨ ਦੱਸਣਾ ਹਾਂਜੀ ਭਾਰਤ ਦੇ ਨਵੇਂ ਸੰਵਿਧਾਨ ਦੇ ਨਿਰਮਾਣ ਦੇ ਵਿੱਚ ਡਾਕਟਰ ਬੀ ਆਰ ਅੰਬੇਦਕਰ ਨੇ ਬੜਾ ਸਲਾਹਾਂਗਾਜੋਗ ਯੋਗਦਾਨ ਦਿੱਤਾ ਤੇ ਉਹਨਾਂ ਨੂੰ ਡਰਾਫਟਿੰਗ ਕਮੇਟੀ ਦਾ ਜਿਹੜੇ ਕਿ ਪ੍ਰਧਾਨ ਬਣਾਇਆ ਗਿਆ ਸੀ ਤੇ ਇਸ ਕਮੇਟੀ ਨੇ ਸੰਵਿਧਾਨ ਦਾ ਖਰੜਾ ਤਿਆਰ ਕੀਤਾ ਤੇ ਇਹ ਸੰਵਿਧਾਨ ਹੈ ਜਿਹੜੇ ਕਿ 26 ਜਨਵਰੀ ਫਿਰ 1950 ਨੂੰ ਲਾਗੂ ਹੋਇਆ ਅੱਗੇ ਹੈ ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ ਕੀ ਨੇ ਭਾਰਤੀ ਸੰਵਿਧਾਨ ਲਿਖਿਤ ਤੇ ਸੰਸਾਰ ਦਾ ਸਭ ਤੋਂ ਵਿਸਤ੍ਰਿਤ ਭਾਗ ਕਿ ਸਭ ਤੋਂ ਜਿਹੜੇ ਕਿ ਵਿਸਥਾਰ ਦੇ ਵਿੱਚ ਦਿੱਤਾ ਹੋਇਆ ਹੈ ਸੰਵਿਧਾਨ ਹੈ ਤੇ ਭਾਰਤੀ ਨਾਗਰਿਕਾਂ ਨੂੰ 6 ਅਧਿਕਾਰ ਦਿੱਤੇ ਗਏ ਨੇ ਭਾਰਤੀ ਸੰਵਿਧਾਨ ਦੇ ਵਿੱਚ ਮੌਲਿਕ ਅਧਿਕਾਰ ਤੇ ਭਾਰਤ ਦੇ ਹਰੇਕ ਨਾਗਰਿਕ ਨੂੰ ਜਿਹਦੀ ਉਮਰ ਅ ਉਮਰ ਘੱਟੋ ਘੱਟ 18 ਸਾਲ ਹੋ ਗਈ ਹੈ ਉਹਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ ਤੇ ਭਾਰਤੀ ਸੰਵਿਧਾਨ ਦੇ ਵਿੱਚ ਭਾਰਤ ਨੂੰ ਪ੍ਰਭੂ ਸੱਤਾ ਸੰਪਨ ਧਰਮ ਨਿਰਪੱਖ ਤੇ ਪ੍ਰਜਾਤੰਤਰੀ ਗਣਰਾਜ ਹੈ ਜਿਹੜੀ ਕਿ ਘੋਸ਼ਿਤ ਕੀਤਾ ਗਿਆ ਅੱਗੇ ਹੈ ਭਾਰਤੀ ਨਾਗਰਿਕਾਂ ਨੂੰ ਦਿੱਤੇ ਗਏ ਮੌਲਿਕ ਅਧਿਕਾਰ ਦੇਖੋ ਸਟੂਡੈਂਟਸ ਇਹ ਸਾਰੇ ਜਿਹੜੇ ਕਿ ਪਹਿਲਾਂ ਪ੍ਰੀਵੀਅਸ ਇਅਰ ਇਗਜ਼ਾਮਸ ਦੇ ਵਿੱਚ ਆਏ ਹੋਏ ਨੇ ਹਾਂਜੀ ਅਧਿਕਾਰ ਕਿਹੜੇ ਨੇ ਸਮਾਨਤਾ ਦਾ ਅਧਿਕਾਰ ਸੁਤੰਤਰਤਾ ਦਾ ਅਧਿਕਾਰ ਸ਼ੋਸ਼ਣ ਦੇ ਵਿਰੁੱਧ ਅਧਿਕਾਰ ਧਾਰਮਿਕ ਸੁਤੰਤਰਤਾ ਦਾ ਅਧਿਕਾਰ ਸੱਭਿਆਚਾਰਕ ਤੇ ਸਿੱਖਿਆ ਦਾ ਅਧਿਕਾਰ ਸंवਿਧਾਨਿਕ ਉਪਚਾਰਾਂ ਦਾ ਅਧਿਕਾਰ ਅੱਗੇ ਹੈ ਪੈਪਸੂ ਤੇ ਨੋਟ ਲਿਖਣਾ ਹਾਂਜੀ ਪੈਪਸੂ ਪੈਪਸੂ ਦਾ ਭਾਵ ਹੈ ਪਟਿਆਲਾ ਤੇ ਪੰਜਾਬ ਈਸਟ ਸਟੇਟਸ ਯੂਨੀਅਨ ਪਟਿਆਲਾ ਤੇ ਪੰਜਾਬ ਈਸਟ ਸਟੇਟ ਯੂਨੀਅਨ ਇਸ ਦੀ ਸਥਾਪਨਾ 1948 ਈਸਵੀ ਦੇ ਵਿੱਚ ਕੀਤੀ ਗਈ ਸੀ ਤੇ ਇਸ ਦੇ ਵਿੱਚ ਪਟਿਆਲਾ ਤੋਂ ਇਲਾਵਾ ਸੱਤ ਹੋਰ ਰਿਆਸਤਾਂ ਸੀ ਜਿਹਦੇ ਵਿੱਚ ਜੀਨ ਨਾਬਾ ਕਪੂਰਥਲਾ ਫਰੀਦਕੋਟ ਮਲੇਰਕੋਟ ਮਲੇਰਕੋਟਲਾ ਨਾਲਾਗੜ ਤੇ ਕਲਸੀ ਹੈ ਇਹ ਸ਼ਾਮਿਲ ਸੀ ਜੀਨ ਨਾਬਾ ਕਪੂਰਥਲਾ ਫਰੀਦਕੋਟ ਬਲੇਰਕੋਟਲਾ ਨਾਲ ਅਗੜ ਤੇ ਕਲਸੀਆ ਸ਼ਾਮਿਲ ਸੀ ਤੇ ਇਹਦੀ ਰਾਜस्तानी ਸੀ ਪਟੇਵਾਲਾ ਤੇ ਇਸ ਨੂੰ ਪੰਜਾਬ ਦੇ ਵਿੱਚ 1956 ਈਸਵੀ ਦੇ ਵਿੱਚ ਸ਼ਾਮਿਲ ਕੀਤਾ ਗਿਆ ਸੀ ਠੀਕ ਹੈ ਪੈਪਸੂ ਨੂੰ ਪੰਜਾਬ ਦੇ ਵਿੱਚ 1956 ਈਸਵੀ ਦੇ ਵਿੱਚ ਮਰਜ ਕਰਕੇ ਜਿਹੜੇ ਕਿ ਸ਼ਾਮਿਲ ਕੀਤਾ ਗਿਆ ਸੀ ਤੇ ਇਹਦੀ ਸਥਾਪਨਾ 1948 ਦੇ ਵਿੱਚ ਹੋਈ ਸੀ ਅਗਲਾ ਕੁਐਸਚਨ ਹੈਗਾ ਭਾਰਤੀ ਰਾਜਸਥਾਨ ਦੇ ਇੱਕੀਕਰਨ ਦੇ ਵਿੱਚ ਸਰਦਾਰ ਪਟੇਲ ਦਾ ਕੀ ਯੋਗਦਾਨ ਸੀ ਹਾਂਜੀ ਭਾਰਤੀ ਰਾਜਸਥਾਨ ਦੇ ਇੱਕੀਕਰਨ ਦੇ ਵਿੱਚ ਸਰਦਾਰ ਪਟੇਲੇ ਕਾਫੀ ਯੋਗਦਾਨ ਦਿੱਤਾ ਠੀਕ ਹੈ ਉਹਨਾਂ ਨੇ ਬੜੇ ਪੱਕੇ ਇਰਾਦੇ ਇਰਾਦੇ ਵਾਲੇ ਵਿਅਕਤੀ ਸਨ ਉਹ ਤੇ ਉਹਨਾਂ ਨੂੰ ਭਾਰਤ ਦਾ ਫਲਾਦੀ ਆਦਮੀ ਦੇ ਨਾਮ ਨਾਲ ਵੀ ਉਹਨਾਂ ਨੂੰ ਜਾਣਿਆ ਜਾਂਦਾ ਠੀਕ ਹੈ ਤੇ ਭਾਵ ਕੀ ਭਾਰਤੀ ਸਮਾਰਕ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਉਹਨਾਂ ਨੂੰ ਤੇ ਉਹਨਾਂ ਦੇ ਅਨਤਖ ਜਤਨਾ ਸਦਕਾ ਹੀ ਭਾਰਤ ਦੇ ಅನೇಕ ਘਰਿਆਸਤ ਜਿਹੜੇ ਕਿ ਭਾਰਤੀ ਸੰਘ ਦੇ ਵਿੱਚ ਸ਼ਾਮਲ ਹੋ ਜਾਂ। ਅਗਿਆ ਜੂਨਾਗੜ ਦਾ ਇੱਕ ਹੀ ਕਾਰਨ ਜੂਨਾਗੜ ਜੂਨਾਗੜ ਕਾਠਿਆਵਾੜਾ ਦੀ ਜਿਹੜੀ ਕਿ ਮੁੱਖ ਰਿਆਸਤ ਸੀ ਜੂਨਾਗੜ ਕਾਠਿਆਵਾੜਾ ਦੀ ਰਿਆਸਤ ਸੀ ਤੇ ਜੁਨਾਗੜ ਦਾ ਨਵਾਬ ਨਵਾਬਾ ਜਿਹੜਾ ਮੁਸਲਿਮ ਸੀ ਤੇ ਜਦੋਂ ਸੁਤੰਤਰਤਾ ਤੋਂ ਬਾਅਦ ਜਿਹੜੇ ਕਿ ਪਾਕਿਸਤਾਨ ਦੇ ਵਿੱਚ ਸ਼ਾਮਲ ਹੋਣ ਦੀ ਘੋਸ਼ਣਾ ਕਰ ਦਿੱਤੀ ਗਈ ਬਾਅਦ ਦੇ ਵਿੱਚ ਉਸਨੇ ਠੀਕ ਹੈ ਜਿਹੜਾ ਜੁਨਾਗੜ ਦਾ ਕਾਠੀਵੜ ਦਾ ਰਾਜਸਤਾਨ ਸੀ ਜੁਨਾਗੜ ਦਾ ਜਿਹੜਾ ਨਵਾਬ ਸੀ ਉਹ ਮੁਸਲਿਮ ਸੀ ਜਦੋਂ ਸੁਤੰਤਰ ਭਾਰਤ 1947 ਦੀ ਵਿੱਚ ਯਾਦ ਹੋ ਗਿਆ ਤਾਂ ਇਹਨੇ ਜਿਹੜੇ ਕਿ ਪਾਕਿਸਤਾਨ ਦੇ ਵਿੱਚ ਸ਼ਾਮਲ ਹੋਣ ਦੀ ਘੋਸ਼ਣਾ ਕੀਤੀ ਤਾਂ ਉੱਥੇ ਬਹੁ ਗਿਣਤੀ ਦੇ ਵਿੱਚ ਬਟ ਲੋਕ ਕਿਹੜੇ ਸੀ ਹਿੰਦੂ ਸੀ ਠੀਕ ਹੈ ਖੁਦ ਉਹ ਜਿਹੜਾ ਰਿਆਸਤ ਦਾ ਮਾਲਕ ਸੀ ਉਹ ਸੀ ਨਵਾਬ ਮੁਸਲਿਮ ਸੀ ਬਟ ਉੱਥੋਂ ਦੀ ਜਨਤਾ ਹਿੰਦੂ ਸੀ ਜਿਹੜੀ ਕਿ ਭਾਰਤ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੀ ਸੀ ਤੇ ਉਹਨੇ ਕੁਛ ਨਾ ਕੀਤੀ ਸੀ ਕਿ ਉਹ ਜਿਹੜਾ ਕਿ ਪਾਕਿਸਤਾਨ ਦੇ ਵਿੱਚ ਸ਼ਾਮਲ ਹੋਊਗਾ ਤਾਂ ਫਿਰ ਉੱਥੋਂ ਦੇ ਹਿੰਦੂਆਂ ਨੇ ਭਾਵਨਾ ਨੂੰ ਵੀ ਧਿਆਨ ਦੇ ਵਿੱਚ ਰੱਖਦੇ ਹੋਏ ਭਾਰਤ ਸਰਕਾਰ ਨੇ ਬਰਗਰੇਡੀਅਲ ਗੁਰਦਿਆਲ ਸਿੰਘ ਦੀ ਕਮਾਂਡ ਹੇਠ ਫੌਜਾਂ ਜੂਨਾਗੜ ਦੇ ਵਿੱਚ ਭੇਜੀਆ ਤੇ ਭਾਰਤੀ ਫੌਜਾਂ ਨੇ ਬਿਨਾਂ ਕਿਸੇ ਖਾਸ ਬਿਨਾ ਕਿਸੇ ਖੂਨ ਖਰਾਬੇ ਦੇ ਸਥਿਤੀ ਤੇ ਕਾਬੂ ਪਾਇਆ ਤੇ 20 ਫਰਵਰੀ 1947 ਈਸਵੀ ਨੂੰ ਉੱਥੇ ਜਨਮਤ ਕਰਵਾਇਆ ਜਨਮਤ ਭਾਵ ਕੀ VOTING ਕਰਵਾਈ ਗਈ ਠੀਕ ਹੈ ਤੇ ਉਹਦੇ ਅਕੋਰਡਿੰਗ ਭਾਰਤ ਦੇ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਜਿਹੜੇ ਕਿ ਬਹੁਮਤ ਮਿਲੇ ਭਾਵ ਕੀ ਉਹ ਵਾਲੇ ਲੋਕ ਜ਼ਿਆਦਾ ਸੀ ਜਿਹੜੇ ਭਾਰਤ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਸੀ ਤਾਂ ਇਸ ਤਰ੍ਹਾਂ ਜਿਹੜੇ ਕਿ ਜੁੰਨਾਗੜ੍ਹ ਨੂੰ ਭਾਰਤ ਦੇ ਵਿੱਚ ਜਨਮਤ ਦੇ ਰਾਹੀਂ ਸ਼ਾਮਲ ਕੀਤਾ ਗਿਆ ਅੱਗੇ ਹੈ ਹైదరాబాద్ ਨੂੰ ਕਿਵੇਂ ਭਾਰਤੀ ਸੰਘ ਦੇ ਵਿੱਚ ਸ਼ਾਮਲ ਕੀਤਾ ਗਿਆ ਹਾਂਜੀ ਹైదరాబాద్ ਜਿਹੜੇ ਭਾਰਤ ਦੀ ਮਹੱਤਵਪੂਰਨ ਰਾਜ ਸੀ ਤੇ ਹైదరాబాద్ ਦਾ ਸ਼ਾਸਕ ਸੀ ਨਿਜ਼ਾਮ ਉਹ ਵੀ ਇੱਕ ਮੁਸਲਮਨ ਸੀ ਤੇ ਜਦਕਿ ਉੱਥੋਂ ਦੀ ਜਨਤਾ 85% 85% Hindu ਸੀ ਤੇ ਉਸ ਨੇ ਜੂਨ 1947 ਈਸਵੀ ਦੇ ਵਿੱਚ ਫਰਮਾਨ ਜਾਰੀ ਕੀਤਾ ਕਿ ਉਹ ਪਾਕਿਸਤਾਨ ਜਾਂ ਭਾਰਤ ਦੀ ਸੰਵਿਧਾਨ ਸਭਾ ਵਿੱਚ ਕੋਈ ਪ੍ਰਤੀਨਿਧੀ ਨਹੀਂ ਭੇਜੇਗਾ ਤੇ ਸੁਤੰਤਰ ਰਹੇਗਾ ਤੇ ਸੰਤੰਤਰ ਭਾਰਤ ਦੇ ਸਰਕਾਰ ਨੇ ਉਸ ਨੂੰ ਭਾਗ ਦੇ ਵਿੱਚ ਸ਼ਾਮਲ ਹੋਣ ਲਈ ਕਿਹਾ ਪਰ ਉਹਨੇ ਇਨਕਾਰ ਕਰਤਾ ਤਾਂ ਮਜਬੂਰ ਹੋ ਕੇ ਭਾਰਤ ਸਰਕਾਰ ਨੇ ਉੱਥੇ ਪੁਲਿਸ ਕਾਰਵਾਈ ਦੀ ਯੋਜਨਾ ਬਣਾਈ ਤੇ ਅਖੀਰ ਨਵੰਬਰ 1948 ਈਸਵੀ ਨੂੰ ਹਦਰਾਬਾਦ ਨੂੰ ਭਾਰਤੀ ਸੰਘ ਦੇ ਵਿੱਚ ਸ਼ਾਮਲ ਕਰ ਲਿਆ ਗਿਆ ਅੱਗੇ ਹੈਗਾ ਕਸ਼ਮੀਰ ਦਾ ਕੀ ਕੰਮ ਹਾਂਜੀ ਕਸ਼ਮੀਰ ਵੀ ਭਾਰਤ ਦੀ ਇੱਕ ਮਹੱਤਵਪੂਰਨ ਰਿਆਸਤ ਸੀ ਤੇ ਇੱਥੋਂ ਦਾ ਸੀ ਹਰੀ ਸਿੰਘ ਹਰੀ ਸਿੰਘ ਨਾਂ ਦਾ ਇੱਕ ਜਿਹੜਾ ਹਿੰਦੂ ਸ਼ਾਸਕ ਹੋ ਰਾਜ ਕਰ ਰਿਹਾ ਸੀ ਤੇ ਉੱਥੋਂ ਦੀ ਕਸ਼ਮੀਰ ਦੀ ਜਿਹੜੀ ਜ਼ਿਆਦਾ ਜਨਸੰਖਿਆ ਸੀ ਉਹ ਮੁਸਲਿਮ ਸੀ ਤੇ ਇਸ ਸਿਆਸਤ ਦੀਆਂ ਹੱਦਾਂ ਵੀ ਭਾਰਤ ਤੇ ਪਾਕਿਸਤਾਨ ਦੋਹਾਂ ਨਾਲ ਲੱਗਦੀਆਂ ਨੇ ਲੱਗਦੀਆਂ ਸਨ ਇਸ ਲਈ ਦੋਵੇਂ ਦੇਸ਼ ਇਸ ਨੂੰ ਆਪਣੇ ਦੇ ਵਿੱਚ ਸ਼ਾਮਲ ਕਰਨਾ ਚਾਹੁੰਦੇ ਸੀ ਤੇ ਇਸੇ ਉਦੇਸ਼ ਦੇ ਨਾਲ ਪਾਕਿਸਤਾਨ ਨੇ ਕਬਾਇਲੀਆ ਦੇ ਪੇਛ ਦੇ ਵਿੱਚ ਆਪਣੀ ਸੈਨਾ ਕਸ਼ਮੀਰ ਦੇ ਵਿੱਚ ਭੇਜਣੀ ਸ਼ੁਰੂ ਕੀਤੀ ਤੇ ਹਰੀ ਸਿੰਘ ਨੇ ਆਪਣੀ ਰੱਖਿਆ ਦੇ ਲਈ ਭਾਰਤੀ ਸਰਕਾਰ ਅੱਗੇ ਬੇਨਤੀ ਕੀਤੀ ਤੇ ਉਹਦੀ ਬੇਨਤੀ ਤੇ ਭਾਰਤ ਸਰਕਾਰ ਨੇ ਆਪਣੀ ਸੈਨਾਵਾਂ ਕਸ਼ਮੀਰ ਭੇਜੀਆਂ ਤੇ ਦੋਹਾਂ ਸੈਨਾਵਾਂ ਦੇ ਵਿੱਚ ਜੰਦੂ ਸ਼ੁਰੂ ਹੋ ਗਿਆ ਅਖੀਰ ਸੰਯੁਕਤ ਰਾਸ਼ਟਰ ਸੰਗ ਦੀ ਸਾਲਸੀ ਨਾਲ ਜੁੱਧ ਖਤਮ ਹੋ ਗਿਆ ਤੇ ਕਸ਼ਮੀਰ ਦਾ ਬਧੇ ਰਹੀ ਸਾ ਭਾਰਤੀ ਕਬਜ਼ੇ ਦੇ ਵਿੱਚ ਆ ਗਿਆ ਇਸ ਤਰ੍ਹਾਂ ਭਾਰਤ ਨੇ ਕਸ਼ਮੀਰ ਨੂੰ ਆਪਣਾ ਅਣਖੜਮਾ ਅੰਗ ਜਿਹੜੀ ਕਿ ਕੋਸ਼ਿਸ਼ਿਤ ਕਰ ਦਿੱਤਾ ਸੋ ਇਸ ਚੈਪਟਰ ਦੇ ਵਿੱਚੋਂ ਜਿਹੜੇ ਕਿ 8 ਕੁਐਸਚਨ ਹੀ ਸੀ ਇੰਪੋਰਟੈਂਟ ਥੈਂਕਸ